ਪਰਮ ਸਨਮਾਨ ਯੋਗ ਗੁਰੂ ਨਾਨਕ ਦੇ ਵਾਰਸੋ ਕਲਗੀਧਰ ਪਾਤਸ਼ਾਹ ਜੀ ਦੇ ਧੀਆ ਪੁੱਤਰੋ, ਕਲਗੀਧਰ ਪਾਤਸ਼ਾਹ ਨੇ ਸਾਨੂੰ ਫਤਿਹ ਦੀ ਇਹੋ ਜਿਹੀ ਸ਼ਕਤੀ ਤਾਕਤ ਬਖਸ਼ੀ ਹੈ ਕਿ ਜਿਹੜਾ ਸਿੱਖ ਜਦੋਂ ਫਤਿਹ ਬੁਲਾਉਂਦਾ ਹੈ ਨਾ ਤਾਂ ਅਕਾਲ ਪੁਰਖ ਦਾ ਉਹ ਸਿੱਖ ਵੱਲ ਮੁੱਖ ਹੁੰਦਾ ਅਤੇ ਜਿਹੜਾ ਨਹੀਂ ਬੁਲਾਉਂਦਾ ਗੁਰੂ ਸਾਹਿਬ ਦੀ ਪਿੱਠ ਹੁੰਦੀ ਆ। ਅਤੇ ਜਿਹੜਾ ਫਤਿਹ ਦਾ ਜਵਾਬ ਫਤਿਹ 'ਤੇ ਜਿੰਦਾ, ਤੁਸੀਂ ਗੁਰੂ ਨਾਨਕ ਦੇ ਵਾਰਸ ਕਲਗੀਧਰ ਦੇ ਧੀਆਂ ਪੁੱਤਰ ਹੋ, ਫਤਿਹ ਦਾ ਜਵਾਬ ਇਵੇਂ ਦਿਓ ਕਿ ਦਿੱਲੀ ਸਰਕਾਰ ਦੀਆਂ ਖਾਲਸਾ ਜੀ ਜੜਾ ਹਿਲ ਜਾਣ, ਆਖੋ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਵੀ ਇਹੋ ਜਿਹੀ ਚੀਜ਼ ਆ, ਸਿੰਘ ਜਦੋਂ ਫਤਿਹ ਬੁਲਾਉਂਦਾ ਨਾ ਬੱਬਰ ਸ਼ੇਰਾਂ ਵਾਂਗੂ ਵੱਡੇ ਬੱਠਿਆਂ ਦੀ ਲੱਤਾਂ ਕੰਬਣ ਲੱਗ ਜਾਂਦੀਆਂ ਵਾ। ਚਲੋ ਮੈਨੂੰ ਵਿਚਾਰ ਥੋੜ੍ਹੇ ਦਿਨ ਟਾਈਮ ਦਿੱਤਾ, ਪਰ ਮੈਂ ਬੇਨਤੀ ਕਰਾਂ ਸਿੰਘ ਜੀ, ਤੁਸੀਂ ਮੈਨੂੰ ਫਕੀਰ ਦੀ ਨਿਗਾਹ ਨਾਲ ਨਾ ਦੇਖਿਓ ਕਿ ਇੱਕ ਬਾਬਾ ਬੋਲਣ ਦਿਆ, ਤੁਸੀਂ ਮੈਨੂੰ ਇੱਕ ਜ਼ਿਮੀਂਦਾਰ ਕਿਸਾਨ ਦਾ ਪੁੱਤ ਜਾਣ ਕੇ ਵੇਖਿਓ ਕਿ ਮੈਂ ਇੱਕ ਜ਼ਿਮੀਂਦਾਰਾਂ ਦਾ ਪੁੱਤਰ ਹਾਂ ਛੋਟੇ ਜਿਹੇ ਘਰਾਣੇ ਤੋਂ, ਫਕੀਰੀ ਤੋਂ ਰੱਬ ਨੇ ਦਿੱਤੀ ਦਾਤ ਹੈ। ਸੰਗਤ ਜੀ, ਅੱਜ ਇਸ ਸਭਾ ਦੇ ਵਿੱਚ ਇੱਥੇ ਕਾਮਰੇਡ ਬਿਰਤੀ ਵੀ ਹੈ, ਇੱਥੇ ਆਸਤਕ ਬਿਰਤੀ ਵੀ ਹੈ, ਇੱਥੇ ਨਾਸਤਕ ਬਿਰਤੀ ਵੀ, ਇੱਥੇ ਖਾਲਸਾ ਬਿਰਤੀ ਵੀ ਹੈ, ਕਿਉਂਕਿ ਪਰ ਹਰ ਬੰਦੇ ਦੇ ਆਪੋ ਆਪਣੇ ਵਿਚਾਰ ਨੇ, ਅਕਲ ਸ਼ਕਲ ਅਤੇ ਸੁਭਾਅ ਹਰ ਮਨੁੱਖ ਦਾ ਆਪੋ ਆਪਣਾ। ਯਾਦ ਰੱਖੀਏ, ਬਾਬੇ ਨਾਨਕ ਨੇ ਸਾਡੇ 'ਤੇ ਐਸੀ ਕਿਰਪਾ ਕੀਤੀ ਹੈ ਕਿ ਬਾਬਰ ਨੂੰ ਜਾਵਰ ਕਹਿਣ ਵਾਲੇ ਅਤੇ ਔਰੰਗਜ਼ੇਬ ਨੂੰ ਕਲਗੀਧਰ ਪਾਤਸ਼ਾਹ ਨੇ ਜਫਰਨਾਮੇ ਨਾਲ ਚੜ੍ਹਾਈ ਕਰ ਦਿੱਤਾ ਸੀ। ਰੱਬ ਨੇ ਸਾਨੂੰ ਦੋ ਅੱਖਾਂ ਦਿੱਤੀਆਂ, ਇੱਕ ਅੱਖ ਪਿਆਰ ਦੀ ਹੁੰਦੀ ਹੈ, ਇੱਕ ਅੱਖ ਸੰਕੇ ਦੀ ਹੁੰਦੀ ਆ। ਤੁਸੀਂ ਕਿਸੇ ਨੂੰ ਵੀ ਦੇਖਦੇ ਹੋ, ਪਹਿਲਾਂ ਸ਼ੰਕਾ ਆਉਂਦਾ, ਬਾਅਦ 'ਚ ਪਿਆਰ ਹੁੰਦਾ। ਜਿਹੜੀ ਸਾਡੀ ਭਾਰਤ ਸਰਕਾਰ ਹੈ, ਇਹਨਾਂ ਨੂੰ ਪਤਾ ਹੈ ਕਿ ਜਿਹੜੇ ਇਹ ਕਾਨੂੰਨ ਨੇ ਬਿਲਕੁਲ ਕਾਲੇ ਨੇ, ਪਰ ਸੰਗਤ ਜੀ ਯਾਦ ਰੱਖੀਏ, ਇਹਨਾਂ ਨੇ ਅੱਖਾਂ 'ਤੇ ਪੱਟੀ ਬੰਨੀ ਹੈ। ਔਰ ਜਿਹੜਾ ਅੱਜ ਆ ਲੱਖਾਂ ਦਾ ਇਕੱਠ ਹੈ ਨਾ, ਇਹ ਸਰਕਾਰ ਦੀਆਂ ਅੱਖਾਂ ਤੋਂ ਚਸ਼ਮਾ ਲਾ ਕੇ ਹੀ ਵਾਪਸ ਜਾਊਗਾ। ਸੰਗਤ ਜੀ, ਇਹ ਜਿੱਤ ਕੇ ਹੀ ਵਾਪਸ ਜਾਊਗਾ। ਖਾਲਸਾ, ਅੱਜ ਮੈਂ ਇੱਕ ਮਹਾਨ ਸ਼ਹੀਦ ਨੂੰ ਯਾਦ ਕਰਦਾ, ਸ਼ਾਇਦ ਮੇਰੀ ਗੱਲ ਕਈਆਂ ਨੂੰ ਚੰਗੀ ਨਾ ਲੱਗੇ। ਅੱਜ ਦਿਲ 'ਤੇ ਹੱਥ ਰੱਖ ਕੇ ਦੱਸਿਓ, ਤੁਹਾਨੂੰ ਤੀਰ ਵਾਲਾ ਬਾਬਾ ਸੰਤ ਜਰਨੈਲ ਸਿੰਘ ਯਾਦ ਹੁੰਦਾ ਕਿ ਨਹੀਂ? ਅੱਜ ਉਹ ਮਹਾਂਪੁਰਖ ਜਿਹਨੇ ਉਸ ਸਮੇਂ ਦੇ ਵਿੱਚ ਧਰਤੀ 'ਤੇ ਪਏ ਲੋਕਾਂ ਨੂੰ ਸੰਗਤ ਜੀ ਮਹਾਨ ਸ਼ੇਰ ਬਣਾ ਦਿੱਤਾ, ਅੱਜ ਇਹ ਅੰਦੋਲਨ ਨੇ ਧਰਤੀ 'ਤੇ ਪੂਰੇ ਭਾਰਤ ਕੀ ਪੂਰੇ ਵਿਸ਼ਵ ਨੂੰ ਹਿਲਾ ਕੇ ਰੱਖ ਦਿੱਤਾ ਹੈ ਕਿ ਇਹਨਾਂ ਸਿੱਖਾਂ ਨੇ, ਇਹਨਾਂ ਨੌਜਵਾਨਾਂ ਮੇਰੇ ਮਾਤਾਵਾਂ ਭੈਣਾਂ ਨੇ ਇਸ ਅੰਦੋਲਨ ਨੂੰ ਵਿਸ਼ਵ ਦੇ ਵਿੱਚ ਖਾਲਸਾ ਜੀ ਚੜ੍ਹਦੀ ਕਲਾ ਵਿੱਚ ਬਣਾਇਆ। ਅੱਜ ਸਾਨੂੰ ਬਾਬਾ ਤੀਰ ਵਾਲਾ ਯਾਦ ਕਿਉਂ ਨਾ ਆਵੇ, ਜਿਹਨੇ ਅਨੰਦਪੁਰ ਸਾਹਿਬ 10 ਮਤੇ ਪਾਏ ਸੀ, ਉਹਦੇ ਵਿੱਚ ਉਹਨਾਂ ਨੇ ਇਹ ਜ਼ਿਕਰ ਕੀਤਾ ਸੀ ਕਿ ਸਿੱਖਾਂ ਨੂੰ, ਕਿਸਾਨਾਂ ਨੂੰ ਆਪਣਾ ਅਨਾਜ ਵੇਚਣ ਦਾ ਹੱਕ ਦਿਓ। ਸੰਗਤ ਜੀ, ਉਹ 10 ਮਤੇ ਅੱਜ ਵੀ ਪੈਰਾਂ 'ਚ ਰੁਲਦੇ ਆ। ਅੱਜ ਤੁਸੀਂ ਇਹ ਮਤੇ ਪਾਸ ਕਰਾ ਕੇ ਜਾਣੇ ਆ ਜੇ ਇਸ ਜਿਹੜੀ ਆ ਸਰਕਾਰ ਹੈ। ਸੰਗਤ ਜੀ, ਇਹਨੂੰ ਜਿਹੜੇ ਕਾਲੇ ਕਾਨੂੰਨ ਨੇ ਇਹ ਨਹੀਂ ਰੜਕਦੇ, ਸਾਡੀਆਂ ਪੱਗਾਂ ਰੜਕਦੀਆਂ ਪਈਆਂ, ਅਸੀਂ ਰੜਕਦੇ ਪਏ ਹਾਂ। ਤੁਸੀਂ ਗੁਰੂ ਨਾਨਕ ਦੇ ਧੀਆਂ ਪੁੱਤਰ ਹੋ, ਪੰਜ ਇਹਨਾਂ ਨੂੰ ਪੱਗ ਰੜਕਦੀ ਹੈ। ਮੈਂ ਇੱਕ ਹੋਰ ਗੱਲ ਕਰਕੇ ਸਮਾਪਤੀ ਕਰ ਦੇਣੀ ਹੈ। ਪਿੱਛੇ ਮੈਂ ਹਰਿਆਣੇ ਦਾ ਵਾਂ, ਅੱਜ ਹਰਿਆਣਾ ਮੇਰੇ ਨਾਲ ਬਹੁਤ ਸਾਰੇ ਜ਼ਿਲ੍ਹਿਆਂ ਤੋਂ ਆਇਆ, ਮੈਂ ਦੱਸ ਨਹੀਂ ਸਕਦਾ, ਵਡਿਆਈ ਵਾਲੀ ਗੱਲ ਨਹੀਂ ਹੈ। ਮੈਂ ਇੱਕ ਹਰਿਆਣੇ ਸਰਕਾਰ ਦੇ ਬੜਾ ਭਾਰੀ ਰੋਸ ਹੈ ਮੇਰੇ ਮਨ 'ਚ। ਇਹ ਆਉਂਦਾ ਵੀ ਹਰਿਆਣਾ ਅਤੇ ਪੰਜਾਬ ਜਿਸ ਹੱਦ ਤੁਸੀਂ ਬੈਠੇ ਹੋ ਨਾ, ਇਹ ਵੀ ਪੰਜਾਬ ਜੀ ਜਿੱਥੇ ਅੱਜ ਬੈਠੇ ਹਾਂ। ਸੰਗਰੂਰ ਜ਼ਿਲ੍ਹਾ ਬਹੁਤ ਵੱਡਾ ਸੀ ਸੰਗਤ ਜੀ, 1947 'ਚ ਦੇਸ਼ ਆਜ਼ਾਦ ਹੋਇਆ, 1966 ਵਿੱਚ ਹਰਿਆਣਾ ਬਣਿਆ। ਕੀ ਹਰਿਆਣਾ ਅਤੇ ਕੀ ਪੰਜਾਬ! ਸੰਗਤ ਜੀ, ਸਾਡਾ ਪੰਜਾਬ ਬੜਾ ਵੱਡਾ ਸੀ, ਉਹ ਛੋਟ ਵੱਡਾ ਭਰਾ ਵਾ, ਹਰਿਆਣੇ ਵਾਲੇ ਛੋਟੇ ਭਰਾ ਵਾ। ਹਰਿਆਣੇ ਸਰਕਾਰ ਨੇ ਪਾਣੀ ਪਾਇਆ, ਸੜਕਾਂ ਬੰਦ ਕੀਤੀਆਂ। ਮੈਨੂੰ ਬੜਾ ਦੁੱਖ ਹੈ ਕਿ ਜੇ ਇੰਨਾ ਜੋਸ਼ ਆਇਆ ਸੀ, ਸਾਡੇ ਹਰਿਆਣੇ ਦੇ ਬੁੱਢੇ ਆਉਂਦੇ ਹੁੰਦੇ ਆ, ਉਹ ਜੇ ਮਰਨਾ ਹੀ ਆ ਤੇ ਉੱਥੇ ਚਾਈਨਾ ਦੇ ਬਾਰਡਰ ਤੇ ਜਾ ਕੇ ਮਰਦੇ, ਉੱਥੇ ਨੀਹਾਂ ਪੜਦੇ, ਜਿੰਨੀਆਂ ਖੜਕਾਂ ਪੱਟੀਆਂ ਉੱਥੇ ਨੀਂਹ ਪੱਟ ਕੇ ਦਿਖਾਉਂਦੇ। ਅਸੀਂ ਮੰਨਦੇ ਕਿ ਹਰਿਆਣੇ ਸਰਕਾਰ ਨੇ ਨੀਂਹ ਪੱਟੀ ਆ। ਸਾਡੇ ਸਦੇਸ਼ ਦਾ ਕਾਨੂੰਨ ਨਾਰਾ ਲਾਇਆ ਜਾਂਦਾ, ਜੈ ਜਵਾਨ ਜੈ ਕਿਸਾਨ। ਸੰਗਤ ਜੀ, ਯਾਦ ਰੱਖੀਏ, ਰਵਿੰਦਰ ਨਾਥ ਟੈਗੋਰ ਨੇ, ਮਹਾਨ ਕਵੀ ਹੋਇਆ ਰਵਿੰਦਰ ਨਾਥ ਟੈਗੋਰ, ਪੜ੍ਹਿਆ ਲਿਖਿਆ ਇਨਸਾਨ, ਉਹਨਾਂ ਨੇ ਭਾਰਤ ਦਾ ਇੱਕ ਸੰਗੀਤ ਲਿਖਿਆ, ਜਿਹੜਾ ਸੰਗੀਤ ਇੱਦਾਂ ਹੈ ਕਿ ਆਪਾਂ ਇਸ ਸੰਗਤ ਦੇ ਵਿੱਚ ਗਾ ਨਹੀਂ ਸਕਦੇ, ਪਰ ਉਹਦੀ ਇੱਕ ਲਾਈਨ ਮੈਂ ਤੁਹਾਨੂੰ ਯਾਦ ਕਰਾਵਾਂ। ਉਹਨਾਂ ਨੇ ਉਸ ਸੰਗੀਤ ਨੂੰ
ਇੰਨਾ ਸੁੰਦਰ ਭਰਿਆ ਉਹਦੇ ਵਿੱਚ ਲਿਖਿਆ ਪੰਜਾਬ ਸਿੰਧ ਗੁਜਰਾਤ ਮਰਾਠਾ ਸਾਰਿਆਂ ਨੂੰ ਹੀਰੇ ਮੋਤੀਆਂ ਵਾਂਗੂ ਪਰੋ ਦਿੱਤਾ ਸਭ ਤੋਂ ਪਹਿਲਾਂ ਰਵਿੰਦਰ ਨਾਥ ਟੈਗੋਰ ਜੀ ਨੇ ਉਹ ਰਾਸ਼ਟਰੀ ਗਾਨ ਦੇ ਵਿੱਚ ਜ਼ਿਕਰ ਕੀਤਾ ਪੰਜਾਬ ਸਿੰਧ ਗੁਜਰਾਤ ਮਰਾਠਾ ਸਾਰਿਆਂ ਨੂੰ ਇੱਕ ਲੜੀ ਚ ਪਰੋਇਆ ਅੱਜ ਸਾਰੇ ਭਾਰਤ ਦੇ ਵਿੱਚ ਜੇ ਤੁਸੀਂ ਕ੍ਰਾਂਤੀ ਲਿਆਂਦੀ ਹੈ ਨਾ ਇਹ ਸਿੱਖਾਂ ਦੀ ਬਲਦੌਲਤ ਹੈ ਇਹ ਗੁਰੂ ਨਾਨਕ ਦੇ ਵਾਰਸ ਨੇ ਔਰ ਮੇਰੀ ਅਕਾਲ ਪੁਰਖ ਦੇ ਅੱਗੇ ਅਰਦਾਸ ਹੈ ਅਸੀਂ ਜਿੱਤ ਕੇ ਜਾਵਾਂਗੇ ਅਸੀਂ ਦਿੱਲੀ ਫਤਿਹ ਕਰਕੇ ਜਾਵਾਂਗੇ ਅਸੀਂ ਇਹ ਕਾਨੂੰਨ ਰੱਦ ਕਰਕੇ ਜਾਵਾਂਗੇ ਗਲਤੀਆਂ ਹੋਈਆਂ ਤੇ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।